ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅੰਮ੍ਰਿਤਸਰ ਵਿਖੇ ਹੋਏ ਘਟਨਾ ਸਥਾਨ ਤੇ ਪਹੁੰਚੇ। ਇਸ ਮੌਕੇ ਉਹਨਾਂ ਨੇ ਅੰਤਵਾਦ ਹਮਲੇ 'ਚ ਜ਼ਖਮੀ ਹੋਏ ਪਰਿਵਾਰਾਂ ਦਾ ਹਾਲ ਜਾਣਿਆ ਅਤੇ ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦੀ ਗੱਲ ਕਹੀ। ਉਹਨਾਂ ਕਿਹਾ ਕਿ ਜੇ ਕੋਈ ਵਿਅਕਤੀ ਉਹਨਾਂ ਨੂੰ ਇਸ ਘਟਨਾ ਦੇ ਆਰੋਪੀਆਂ ਬਾਰੇ ਸੂਚਿਤ ਕਰੇਗਾ ਤਾਂ ਉਹਨਾਂ ਨੂੰ ਇਨਾਮ ਦਿੱਤਾ ਜਾਵੇਗਾ। ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਜਲਦ ਹੀ ਪੁਲਿਸ ਦੁਆਰਾ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਇਹ ਜਿਹੜਾ ਕੁਝ ਹੋਇਆ ਹੈ ਵਾਕਿਆ, ਇਹ ਬਹੁਤ ਅਸੀਂ ਇਸ ਨੂੰ ਬਹੁਤ ਸੀਰੀਅਸਲੀ ਲੈ ਰਹੇ ਹਾਂ। ਦੇਰ ਇਜ਼ ਫੁੱਲ ਇਨਵੈਸਟੀਗੇਸ਼ਨ ਇਜ਼ ਗੋਇੰਗ ਔਨ ਐਂਡ ਕੁਝ ਲੀਡਸ ਨੇ ਜਿਹੜੇ ਸਾਡੀ ਪੁਲਿਸ ਇਜ਼ ਫੋਲੋਇੰਗ ਅਪ ਐਂਡ ਆਈ ਐਮ ਹੋਪਫੁਲ ਦੈਟ ਵੀ ਵਿਲ ਸੂਨ ਕੈਚ ਦੀਸ ਪੀਪਲ। ਅਤੇ ਸਾਰੇ ਜਿਹੜੇ ਜ਼ਖਮੀ ਨੇ ਤਕਰੀਬਨ ਐਵਰੀ ਵਨ ਇਜ਼ ਆਊਟ ਆਫ ਡੇਂਜਰ, ਬਟ ਜਿਹੜੇ 3 ਵਿਚਾਰੇ ਬੱਚੇ ਹੂ ਡਾਈਡ ਇਨ ਦਿਸ ਇੰਸੀਡੈਂਟ, ਉਹਨਾਂ ਵਾਸਤੇ ਅਸੀਂ ਵੀ ਹੈਵ ਆਲਰੇਡੀ ਅਨਾਊਂਸਡ ਕਿ ਇਹਨਾਂ 'ਚ 5 ਲੱਖ ਰੁਪਈਆ ਦੇਵਾਂਗੇ ਪਲੱਸ ਜੋਬ ਫੋਰ ਦਾ ਨੈਕਸਟ ਆਫ ਕਿਨ ਜਿਹੜਾ ਹੈ ਉਹਨਾਂ ਦਾ। ਅਤੇ ਇੰਸੀਡੈਂਟ ਦਾ ਤਾਂ ਸਾਰਾ ਤੁਹਾਨੂੰ ਪਤਾ ਹੈ ਕਿ ਕੈਸੇ ਹੋਇਆ ਕੈਸੇ ਨਹੀਂ, ਨਾਕੇ ਸਾਰੇ ਲੱਗੇ ਹੋਏ। ਹਾਂ, 50 ਲੱਖ ਰੁਪਇਆ ਦਾ ਅਨਾਊਂਸ ਕੀਤਾ ਮੈਂ ਅੱਜ ਸਵੇਰੇ ਕਿ ਜਿਹੜਾ ਸਾਨੂੰ ਕੋਈ ਦੱਸੂਗਾ ਇਹਦੇ ਬਾਰੇ, ਕੋਈ ਲੀਡ ਦੇ ਸਕਦਾ ਜਿਹਦੇ ਨਾਲ ਅਸੀਂ ਇਹਨਾਂ ਨੂੰ ਅੱਗੇ ਫੜ ਸਕਦੇ ਹਾਂ। ਐਂਡ ਜਿਹੜੀ ਗੱਲ ਰਹਿ ਗਈ ਹੈ, ਜ਼ਖਮੀਆਂ ਦੀ ਫ੍ਰੀ ਟ੍ਰੀਟਮੈਂਟ ਹੋ ਰਹੀ ਹੈ, ਲੇਕਿਨ ਇਸ ਤੋਂ ਇਲਾਵਾ ਅਸੀਂ 50,000 ਰੁਪਇਆ ਪਰ ਜ਼ਖਮੀ ਜਿਹੜਾ ਸਾਡੇ 20 ਜ਼ਖਮੀ ਨੇ ਵੀ ਵਿਲ ਬੀ ਗਿਵਿੰਗ ਇਟ ਟੂ ਦਮ। ਇਨਵੈਸਟੀਗੇਸ਼ਨ ਇਜ਼ ਦੇਅਰ, ਸਮ ਲੀਡਸ ਆਰ ਦੇਅਰ, ਪਰ ਜਦ ਤਾਂ ਇਹ ਫੁੱਲੀ ਪੂਰ ਇਨਵੈਸਟੀਗੇਸ਼ਨ ਨਹੀਂ ਹੁੰਦੀ, ਵੀ ਹੈਵ ਟੂ ਵੇਟ ਐਂਡ ਸੀ। ਉਧਰ ਨਿਰੰਕਾਰੀ ਜੋਨ ਦੀ ਮੁਖੀ ਦਾ ਕਹਿਣਾ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ ਇਸ ਸੰਬੰਧੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਹਾਦਸੇ ਦੇ ਚੱਲਦਿਆਂ ਉਹਨਾਂ ਕਿਹਾ ਕਿ ਹੁਣ 1 ਹਫ਼ਤੇ ਦੇ ਲਈ ਭਵਨਾਂ 'ਚ ਸਤਸੰਗ ਵੀ ਬੰਦ ਕਰ ਦਿੱਤੇ ਗਏ ਨੇ। ਹਮ ਦੇਂਗੇ ਚਾਹੇ ਗਾਓ ਮੇ ਵੀ ਚਾਹੀਏ ਤੋ ਹਮ ਗਾਓ ਮੇ ਵੀ ਦੇ ਦੇਂਗੇ, ਔਰ ਇਹ ਜੋ ਹੁਆ ਹੈ ਉਸਕੇ ਬਾਰੇ ਮੇ ਹਮੇ ਕੁਛ ਸਮਝ ਮੇ ਨਹੀਂ ਆ ਰਹਾ, ਕਿਉਂਕਿ ਹਮਾਰਾ ਕਿਸੀ ਕੇ ਸਾਥ ਕੋਈ ਐਸਾ ਪ੍ਰੋਬਲਮ ਹੈ ਹੀ ਨਹੀਂ ਹੈ, ਕੋਈ ਲੜਾਈ ਝਗੜਾ ਨਹੀਂ, ਸ਼ਾਂਤੀ ਕਾ ਮਿਸ਼ਨ ਹੈ, ਹਰ ਕੋਈ ਆਪਣੇ ਜੋ ਧਰਮ ਕੋ ਮਾਨਤਾ ਆਪਣੇ ਤਰੀਕੇ ਸੇ ਮਾਨਤਾ ਹੈ, ਤੋ ਹਮ ਕਿਸੀ ਕੇ ਬਾਰੇ ਮੇ ਤੋ ਕੁਛ ਕਹਤੇ ਨਹੀਂ, ਆਪਣੇ ਬਾਰੇ ਮੇ ਆਪਣੇ ਸਤਿਗੁਰੂ ਕੀ ਬਾਤ ਕਰਤੇ ਹੈ, ਤੋ ਉਸਮੇ ਕਿਸੀ ਕੋ ਕਿਆ ਪ੍ਰੋਬਲਮ ਹੋਈ ਹੈ, ਕਿਉਂ ਹੋਈ ਹੈ, ਯਾ ਹਮੇ ਨਹੀਂ ਪਤਾ। ਸੀਸੀਟੀਵੀ ਕੈਮਰੇ ਹਮਾਰੇ ਬੜੀ ਜਗ੍ਹਾਓਂ ਪਰ ਸਭ ਜਗ੍ਹਾ ਲੱਗ ਚੁੱਕੇ ਹੈ, ਜਿਤਨੇ ਬੜੇ ਭਵਨ ਹੈ ਉਨਮੇ ਲੱਗੇ ਹੋਏ ਹੈ, ਪਰ ਹਮਾਰੇ ਪਾਸ ਆਜ ਹੀ ਵੋ IG ਸਾਹਿਬ ਵੀ DGP ਸਾਹਿਬ ਸਾਰੇ ਕਹਿ ਰਹੇ ਥੇ ਕਿ ਹਮੇ ਨਹੀਂ ਪਤਾ ਥਾ ਆਪਕੇ ਇਤਨੇ ਭਵਨ ਹੈ, ਹਮਾਰੇ 8-9 ਕਿਲੋਮੀਟਰ ਕੇ ਉਪਰ ਹੀ ਭਵਨ ਕਹੀਂ ਨਾ ਕਹੀਂ ਬਣੇ ਹੋਏ ਹੈ, ਤੋ ਉਸਮੇ ਅਭੀ ਥੋੜੀ ਸੀ ਕੁਛ ਨਏ ਬਣ ਰਹੇ ਥੇ, ਕੁਛ ਅੰਡਰ ਕੰਸਟਰਕਸ਼ਨ ਚੱਲ ਰਹੇ ਹੈ, ਕੁਛ ਐਸਾ ਹੈ, ਤੋ ਉਸਕੇ ਲੀਏ CCTV ਕੈਮਰੋਂ ਕੀ ਇਹ ਹਮਾਰੀ ਬਾਤ ਹੈ ਕਿ ਥੋੜੀ ਸੀ ਡਿਲੇ ਹੋਈ ਹੈ, ਪਰ ਉਹ ਇਸ ਕਾਰਨ ਸੇ ਨਹੀਂ ਥਾ ਕਿ ਹਮਨੇ ਲਗਾਨੇ ਨਹੀਂ, ਲਗਾਨੇ ਕੇ ਲੀਏ ਤੋ ਆਰਡਰ ਹੋ ਚੁੱਕੇ ਹੈ, ਕੰਪਨੀਓਂ ਕੋ ਹਮ ਬਤਾ ਚੁੱਕੇ ਹੈ, ਉਨਕੋ ਹਾਇਰ ਕਰ ਚੁੱਕੇ ਹੈ, ਐਵਰੀਥਿੰਗ ਇਜ਼ ਦੇਅਰ। ਦੇਖੀਏ ਐਸਾ ਕੁਛ ਨਹੀਂ ਹੋਤਾ ਕਿ ਹਰ ਜਗ੍ਹਾ ਪਰ ਕੋਈ ਪੁਲਿਸ ਹੋਤੀ ਹੈ, ਹਮਾਰੇ ਕਿਸੀ ਭਵਨ ਪਰ ਕਹੀਂ ਵੀ ਪੁਲਿਸ ਨਹੀਂ ਹੋਤੀ ਹੈ, ਕਿਉਂਕਿ ਐਸਾ ਹਮਾਰੇ ਵੀ ਮਨੋ ਮੇ ਨਹੀਂ ਥਾ, ਹਮੇ ਵੀ ਨਹੀਂ ਪਤਾ ਥਾ, ਤੋ ਹਮਨੇ ਵੀ ਕਭੀ ਉਨਸੇ ਐਸੀ ਰਿਕੁਐਸਟ ਨਹੀਂ ਕੀ ਕਿ ਹਮੇ ਆਪ ਪੁਲਿਸ ਦੋ, ਸਿਕਿਉਰਿਟੀ ਦੋ, ਕਿਉਂਕਿ ਐਸਾ ਕਭੀ ਕੁਛ ਹੁਆ ਨਹੀਂ, ਉਹ 78 ਕੀ ਬਾਤ ਥੀ, ਪੁਰਾਣੀ ਹੋ ਗਈ ਥੀ। ਅੰਮ੍ਰਿਤਸਰ ਤੋਂ ਸਨੀ ਸਹੋਤਾ ਦੀ ਰਿਪੋਰਟ। ਲਾਈਵ ਕੰਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ, ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।